ਘਰ ਦੇ ਵਿੱਚ ਗਰੀਬ ਬੰਦਾ ਕੀ ਕਰੂਗਾ ਜੇ ਰੁਪਈਆ ਰੁਪਈਆ ਬਣਾ ਇਕੱਠਾ ਕਰ ਸਕਿਆ ਤੇ ਜੋੜ ਕੇ ਇਹ ਕੰਮ ਕੀਤਾ ਤਾਂ ਉਹ ਬੰਦੇ ਵਿਹਲੇ ਜਿਹੜੇ ਉਹ ਇਹ ਕੰਮ ਕਰਦੇ ਵਿਹਲੇ ਜਿਹੜੇ ਉਹ ਇਹ ਕੰਮ ਕਰਦੇ ਵਿਹਲੇ ਜਿਹੜੇ ਉਹ ਇਹ ਕੰਮ ਕਰਦੇ ਸੁਣ ਲਓ ਕਮਿਸ਼ਨਰ ਸਾਹਿਬ, ਇਸ ਬੰਦੇ ਦੀ ਖਰੀ ਗੱਲ ਸੁਣ ਲਓ। ਇਸ ਦੇ ਘਰ ਚੋਰੀ ਹੋਈ ਹੈ। ਇਸ ਦਾ ਕਹਿਣਾ ਕਿ ਅਸੀਂ ਮਿਹਨਤਾਂ ਕਰਕੇ ਤਿਣਕਾ ਜੋੜਦੇ ਹਾਂ ਅਤੇ ਜਿਹੜੇ ਵਿਹਲੇ ਬੰਦੇ ਹੁੰਦੇ ਨੇ ਉਹ ਚੋਰੀਆਂ ਕਰਕੇ ਲੁੱਟ ਪੁੱਟ ਕੇ ਲੈ ਜਾਂਦੇ ਨੇ। ਮਿਹਨਤੀ ਬੰਦਾ ਕੀ ਕਰੇ? ਇਸ ਸਵਾਲ ਦਾ ਜਵਾਬ ਤਾਂ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਦੇਣਾ ਬਣਦਾ ਹੈ, ਕਿਉਂਕਿ ਜਦੋਂ ਤੋਂ ਨਵੇਂ ਪੁਲਿਸ ਕਮਿਸ਼ਨਰ ਸ਼ਹਿਰ 'ਚ ਆਏ ਨੇ ਲਗਾਤਾਰ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਹੋ ਰਹੀਆਂ ਨੇ। ਔਰ ਸਭ ਤੋਂ ਵੱਡਾ ਸਵਾਲ ਉੱਠ ਰਿਹਾ ਕਿ ਜਲੰਧਰ ਵੈਸਟ ਦੇ ਲੋਕ ਕਿੱਥੇ ਜਾਣ, ਕਿਉਂਕਿ ਜਲੰਧਰ ਵੈਸਟ ਦੇ ਵਿੱਚ ਲਗਾਤਾਰ ਚੋਰੀ ਅਤੇ ਲੁੱਟਾਂ ਦੀਆਂ ਵਾਰਦਾਤਾਂ ਹੋ ਰਹੀਆਂ ਨੇ। ਲੋਕ ਵੀ ਹੁਣ ਤਾਂ ਤੜਪਣੇ ਸ਼ੁਰੂ ਹੋ ਗਏ ਨੇ, ਕਿਉਂਕਿ ਜੇ ਘਰ ਤੋਂ ਬਾਹਰ ਜਾਂਦੇ ਨੇ ਤਾਂ ਲੁਟੇਰੇ ਘੇਰ ਲੈਂਦੇ ਨੇ, ਜੇ ਲੁਟੇਰਿਆਂ ਤੋਂ ਘੇਰ ਕੇ ਵਾਪਸ ਪਹੁੰਚਦੇ ਨੇ ਤਾਂ ਕਈ ਲੋਕਾਂ ਦੇ ਘਰਾਂ 'ਚ ਪਹਿਲਾਂ ਹੀ ਚੋਰ ਹੱਥ ਸਾਫ਼ ਕਰ ਚੁੱਕੇ ਹੁੰਦੇ ਨੇ। ਸੋ ਪੁਲਿਸ ਕਮਿਸ਼ਨਰ ਜਲੰਧਰ 'ਚ ਜਿਹੜੇ ਨਵੇਂ ਲਾਏ ਗਏ ਨੇ ਉਹ ਬੜੇ ਕਾਬਲ ਨੇ। ਗੈਂਗਸਟਰਾਂ ਦੇ ਖਿਲਾਫ਼ ਉਹਨਾਂ ਦਾ ਖੁੱਲ੍ਹਿਆ ਮੋਰਚਾ ਪੂਰੇ ਪੰਜਾਬ 'ਚ ਮਸ਼ਹੂਰ ਹੈ, ਪਰ ਜਲੰਧਰ 'ਚ ਚੋਰ ਲੁਟੇਰੇ ਕਾਬੂ ਕਿਉਂ ਨਹੀਂ ਆ ਰਹੇ, ਇਹ ਇੱਕ ਵੱਡਾ ਸਵਾਲ ਹੈ। ਹੁਣ ਦੇਖਣਾ ਹੋਏਗਾ ਕਿ ਜਲੰਧਰ ਵੈਸਟ 'ਚ ਹੋ ਰਹੀਆਂ ਇਹ ਵਾਰਦਾਤਾਂ ਕਦੋਂ ਸੁਲਝਣਗੀਆਂ। ਫਿਲਹਾਲ ਤੁਹਾਨੂੰ ਦਿਖਾਉਂਦੇ ਹਾਂ ਜਲੰਧਰ ਵੈਸਟ ਦੇ ਦਿਓਲ ਨਗਰ 'ਚ ਹੋਈ ਇਹ ਵਾਰਦਾਤ ਤੋਂ ਬਾਅਦ ਇਸ ਗਰੀਬ ਬੰਦੇ ਦਾ ਕੀ ਕਹਿਣਾ ਸੀ। ਦੈਨਿਕ ਮੇਲ ਪੰਜਾਬੀ ਟੀਵੀ ਦੇ ਲਈ ਵਰਿੰਦਰ ਸਿੰਘ ਦੀ ਰਿਪੋਰਟ। ਹਾਂਜੀ ਭਾਅ ਜੀ, ਕੀ ਨਾਮ ਹੈ ਤੁਹਾਡਾ? ਹਕੀਕ ਚੰਦ। ਕੀ ਮਾਮਲਾ ਕੀ ਹੋਇਆ ਭਾਅ ਜੀ? ਮਾਮਲਾ ਕੀ ਹੋਣਾ ਜੀ, ਬਸ ਰੋਟੀ ਖਾ ਕੇ ਮੈਂ ਬਾਹਰ ਨਿਕਲਿਆ ਅਤੇ ਬੰਦਾ ਬਜਰੀ 'ਤੇ ਬੈਠਾ ਸੀ। ਹਾਂਜੀ। ਅਤੇ ਮੈਂ ਕਿਹਾ ਤੂੰ ਇੱਥੇ ਕੀ ਕਰਦਾ ਬੈਠਾ? ਅਤੇ ਕਹਿੰਦਾ ਵੀ ਮੈਂ ਬਜਰੀ ਲਿਜਾਣੀ ਚੱਕ ਕੇ ਅਤੇ ਰੇਹੜੀ ਸਾਡਾ ਇੱਕ ਬੰਦਾ ਲੈ ਕੇ ਆ ਰਿਹਾ ਅਤੇ ਮੈਂ ਇਸ ਭੁਲੇਖੇ ਰਿਹਾ ਵੀ ਮੈਂ ਕਿਹਾ ਸ਼ਾਇਦ ਉਹ ਦੁਕਾਨ ਵਾਲੇ ਦਾ ਬੰਦਾ ਹੋਊਗਾ ਅਤੇ ਮੈਂ ਉਸ ਤੋਂ ਬਾਅਦ ਵਿੱਚ ਚੱਲ ਦਿੰਦਾ। ਠੀਕ ਹੈ ਜੀ। ਉਸ ਤੋਂ ਬਾਅਦ 'ਚ ਮੇਰਾ ਬੱਚਾ ਆਉਂਦਾ ਆ 3:15 ਵਜੇ। ਠੀਕ ਹੈ ਜੀ। ਉਹ ਆ ਕੇ ਮੈਨੂੰ ਪਤਾ ਡੈਡੀ ਆ ਰੋਟੀ ਨਹੀਂ ਖਾਣਾ, ਮੈਂ ਕਿਹਾ ਆਇਆ ਸੀ ਅਤੇ ਕਹਿੰਦਾ ਵੀ ਮੈਂ ਕਹਿੰਦਾ ਦੌੜ ਗਿਆ ਘਰੋਂ ਅਤੇ ਕਹਿੰਦਾ ਘਰ ਚੋਰੀ ਹੋਈ ਪਈ, ਕਹਿੰਦਾ ਆ ਕੇ ਜਲਦੀ ਦੇਖੋ। ਅਤੇ ਉਸ ਤੋਂ ਬਾਅਦ 'ਚ ਮੈਂ ਜਦੋਂ ਆਇਆ ਅਤੇ ਮੈਂ ਜੋ ਆਪਣੇ ਦੇਖਿਆ ਅਤੇ ਮੈਂ ਨਿਆਣੇ, ਮੈਂ ਕਿਹਾ ਕੁਛ ਨਹੀਂ ਸਮਾਨ ਚੱਕਣਾ ਵੀ ਅਸੀਂ ਰਿਪੋਰਟ ਲਿਖਾ ਕੇ ਆਉਂਦੇ। ਅੱਛਾ, ਤੁਸੀਂ ਪੁਲਿਸ ਕੰਪਲੇਂਟ ਕਰ ਦਿੱਤੀ ਭਾਅ ਜੀ ਹੁਣ? ਹਾਂਜੀ। ਠੀਕ ਹੈ, ਪੁਲਿਸ ਆਈ ਹੈ ਭਾਅ ਜੀ ਰਾਊਂਡ ਕਰਨ ਲਈ? ਬਸ ਆ ਗਈ ਪੁਲਿਸ, ਫੋਨ ਆਇਆ। ਹਾਂਜੀ, ਠੀਕ ਹੈ ਭਾਅ ਜੀ। ਕਿ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਭਾਅ ਜੀ? ਬਸ ਇਹ ਜਿਹੜੇ ਬੰਦੇ ਆ ਗਲਤ ਕੰਮ ਕਰਦੇ ਆ ਇਹਨਾਂ ਦੀ ਜ਼ਰਾ ਸਾਡੀ ਤਾਂ ਮੰਗ ਇਹੀ ਹੈ। ਕਿ ਪ੍ਰਸ਼ਾਸਨ ਤੋਂ ਕੀ ਮੰਗ ਹੈ? ਵੀ ਜੇ ਕਾਨੂੰਨੀ ਕਾਰਵਾਈ ਹੈਗੀ ਹੈ ਸਾਨੂੰ ਇਨਸਾਫ਼ ਦੱਸ ਦੇਣ ਵੀ ਆ ਕੀ ਇਹ ਇੱਦਾਂ ਦਾ ਕੰਮ ਕਰਨਾ ਚਾਹੀਦਾ ਇਹਨਾਂ ਨੂੰ। ਘਰ ਦੇ ਵਿੱਚ ਗਰੀਬ ਬੰਦਾ ਕੀ ਕਰੂਗਾ ਜੇ ਰੁਪਈਆ ਰੁਪਈਆ ਬਣਾ ਇਕੱਠਾ ਕਰ ਸਕਿਆ, ਜੇ ਜੋੜ ਕੇ ਇਹ ਕੰਮ ਕੀਤਾ ਤਾਂ ਉਹ ਬੰਦੇ ਵਿਹਲੇ ਜਿਹੜੇ ਉਹ ਇਹ ਕੰਮ ਕਰਦੇ ਆ। ਇਹ ਤੁਹਾਨੂੰ ਕੀ ਲੱਗਦਾ ਭਾਅ ਜੀ, ਇਹ ਮਤਲਬ ਚਿੱਟੇ ਵਾਲਿਆਂ ਦਾ ਕੰਮ ਮੁੰਡੇ ਜਾਣੇ? ਆਪਾਂ ਜੀ ਆਪਾਂ ਕਿਹੜਾ ਕੋਈ ਦੇਖਿਆ ਹੋਣਾ, ਆਪਾਂ ਤਾਂ ਇਹ ਕਹਿ ਨਹੀਂ ਸਕਦੇ। ਲਾਗੇ ਛਾਗੇ ਕੋਈ ਸੀਸੀਟੀਵੀ ਕੈਮਰਾ ਫੋਟੋ ਹੈਗਾ ਭਾਅ ਜੀ ਆਪਣੇ ਕੋਲ? ਕੋਈ ਕੈਸ ਹੈਗੇ ਆਪਾਂ ਨੂੰ? ਕਦੇ ਸਾਰੇ ਪਹਿਲੀ ਵਾਰ ਇੱਧਰ ਆਏ ਹਾਂ, ਸਾਨੂੰ ਕਿਸੇ ਨੇ ਹਜੇ ਤੱਕ ਕੋਈ ਬੋਲ ਚਾਲ ਇੰਨੀ ਕਿਸੇ ਨੇ ਹੈ ਨਹੀਂ, ਇਸ ਕਰਕੇ ਵੀ ਆਪਾਂ ਨਹੀਂ ਕਿਸੇ ਨੂੰ ਕਿਹਾ। ਠੀਕ ਹੈ।